तो सीजे सिंह जमीन से सरदार जी क्या के कहने कि दोनों वेजन उठाओ ये उठ दे दोनों वेजे सरदार जी तो दो उठाएंगे है मैं बुला के लेना ਸੀਜੇ ਸਿੰਘ ਆਪ ਤਾਂ ਨਿਕੰਮਾ ਹੈਗਾ ਹੀ ਹੈਗਾ ਆਪ ਨਿਕੰਮਾ ਹੁਣ ਛੋਟੇ ਨੂੰ ਨਿਕੰਮਾ ਕਰੀ ਜਾਂਦਾ ਕੰਜਰਾ 2 ਵੱਜ ਗਏ 2 ਰਾਤ ਨੂੰ ਲੇਟ ਆਂਦਾ ਪੱਗ ਕੱਪੜੇ ਕੁਪੜੇ ਪਾ ਕੇ ਜੀਨ ਪਾ ਕੇ ਜਰਾਬਾ ਕੋਟ ਪਾ ਕੇ ਸਾਰੇ ਸੁੱਤਾ ਮੈਂ ਤੈਨੂੰ ਮੈਨੇ ਨਹੀਂ ਹੈਗੇ ਤੇਰੀ ਉਮਰ ਦੇ ਵਿੱਚ ਬੱਚੇ ਮਾਂ ਬਾਪ ਨੂੰ ਕਮਾ ਲਾ ਦੇ ਦਿੰਦੇ ਨੇ ਕਮਾ ਕਮਾ ਕੇ ਘਰੇ ਰੋਟੀਆਂ ਖਵਾਉਂਦੇ ਨੇ ਇੱਕ ਤੂੰ ਹੈ ਸਾਰਾ ਦਿਨ ਸੁੱਤਾ ਰਹਿੰਦਾ 2 ਵਜ ਗਏ ਮੈਂ ਆਫਿਸ ਤੋਂ ਵੀ ਘਰੇ ਵਾਪਸ ਆ ਗਿਆ ਤੂੰ ਵੀ ਛੋਟਾ ਨਿਕੰਮਾ ਹੋਈ ਜਾਣਾ ਦੇ ਨਾਲ ਨਾਲ ਉੱਠਣ ਦਾ ਟਾਈਮ ਕਿੰਨੇ ਵਜੇ ਹੁੰਦਾ 5 ਵਜੇ ਕਿਹੜਾ ਬੱਚਾ ਜਿਹੜਾ ਸਵੇਰੇ ਪੱਗ ਬੰਨ ਕੇ ਕੱਪੜੇ ਜੀਨਾ ਸੀਨਾ ਸਭ ਪਾ ਕੇ ਸੁੱਤਾ ਮੈਂ ਰਾਤ ਨੂੰ ਤੂੰ ਡੈਡੀ ਰਾਤੀ ਪੜ ਰਿਹਾ ਸੀ ਤੂੰ ਤੂੰ ਪੜ ਰਿਹਾ ਸੀ ਜੇ ਤੇਰੇ ਬੱਚੇ ਪੜਨ ਲੱਗ ਜਾਣ ਤਾਂ ਮੇਰਾ ਕੀ ਹੋਊਗਾ ਤੂੰ ਕਿੰਨੀ ਵਾਰ ਸਮਝਾਇਆ ਟਾਈਮ ਤੇ ਉੱਠਿਆ ਕਰ ਕੰਮ ਕਰ ਕਰਿਆ ਕਰ ਕੱਲ ਤੇਰਾ ਵਿਆਹ ਵੀ ਹੋਣਾ ਕੌਣ ਦਊਗਾ ਤੈਨੂੰ ਕੁੜੀ ਡੈਡੀ ਜੀ ਤੁਸੀਂ ਕੁੜੀ ਕੱਢ ਦੀ ਚਿੰਤਾ ਨਾ ਕਰੋ ਕੁੜੀ ਤਾਂ ਮੈਂ ਲੱਭ ਲਈ ਹੈ ਬਸ ਤੁਸੀਂ ਕਿਸੇ ਦਿਨ ਜਾ ਕੇ ਨਾ ਮੈਨੂੰ ਉੱਥੇ ਬਸ ਛੱਡ ਦਿਓ ਛੱਡੋ ਹੁਣ ਕੁੜੀ ਕਰਕੇ ਆਪਣੇ ਬਾਪ ਨੂੰ ਛੱਡ ਦੇਗਾ ਉਹ ਨਹੀਂ ਡੈਡੀ ਨਾਲੇ ਮੈਨੂੰ ਮੜਾ ਇੰਨੀ ਕੀ ਗੱਲ ਕਲੀਅਰ ਕਰਿਓ ਤੁਸੀਂ ਵੀ ਤਾਂ ਮਿਸੇ ਨੇ ਰੂਲਾ ਦੇ ਫੋਨ ਵਿੱਚ ਮੰਮੀ ਦਾ ਫੋਨ ਨਹੀਂ ਚੱਕਦੇ ਹਰ ਵਾਰ ਬੀਜ਼ੀ ਆਂਦਾ ਹੈ ਬੱਚੇ ਕੋ ਕੋ ਛੋੜ 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 ਕੋ ਜਰ ਜਾਣਾ ਹੋਵੇ ਤਾਂ ਹਰ ਗੱਲ ਦੇ ਵਿੱਚ ਕਿਸੇ ਨਾ ਕਿਸੇ ਨੂੰ ਲੈ ਲੈਂਦਾ ਸੋਣਾ ਸੋ ਜਾ ਸ਼ੱਤਾਂ ਦੇ ਮੇਰੇ ਭਾਈ ਮੈਂ ਵੀ ਪਾਪਾ ਨੂੰ ਇਹ ਸਭ ਕੁਝ ਬੋਲ ਸਕਦਾ ਹਾਂ ਬਸ ਵਿਆਹ ਹੋਇਆ ਕੱਲ ਰੋਟੀ ਤੇ ਆਇਆ ਸੀ ਸਾਡੇ ਘਰੇ
ਪਾਪਾ ਨੇ ਇੰਨਾ ਡਰਾਇਆ ਯਾਰ, ਇੰਨਾ ਡਰਾਇਆ ਉਹਨੂੰ, ਕਹਿੰਦਾ 17 ਸਾਲ ਹੋ ਗਏ ਬਸ, ਸਾਲ ਦੀ ਉਹ ਗੱਲ ਹੈ, ਜਿੱਥੇ ਘੁਮਾਣਾ ਘੁਮਾਣਾ, ਬਾਅਦ ਚ ਵਾਲ ਝੜਨੇ ਤੇਰੇ ਜਨਾਨੀ ਝਾੜਦੀ ਨਾਲ। ਜਨਾਨੀ ਕਦੀ ਝਾੜਦੀ, ਪਹਿਲਾਂ ਹੀ ਨੀ ਸੀਗੇ ਇਹਨਾਂ ਦੇ, ਜਿਸ ਦਿਨ ਵਿਆਹ ਹੋਇਆ ਉਸੇ ਦਿਨ ਪਤਾ ਲੱਗ ਗਿਆ ਸੀ। ਦਾਦੀ ਨੇ ਮੈਨੂੰ ਆਈ ਨੀ ਦੱਸਿਆ, ਫਿਰ ਕਹਿੰਦੇ ਨੇ ਦਾਦੀ ਨੂੰ ਆਈ ਨੀ, ਦਿਲਮੀਤ ਕਹਿੰਦਾ ਸੀਗਾ ਸੁਣਿਆ ਤਾਂ ਤੁਸੀਂ ਵੀ ਹੋਊਗਾ, ਦਾਦੀ ਨੂੰ ਜਾ ਕੇ ਸ਼ਿਕਾਇਤ ਨੂੰ ਅੱਜ ਉਹਨਾਂ ਨਾਲ ਹੀ ਸੁੱਤਾ ਪਿਆ, ਤਾਂ ਮੈਂ ਕਹਿੰਦਾ ਮਾਂ ਦੇ ਚਮਚ ਨੀ ਸੈੱਟ ਕਰਾਂ।